ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਨਕਲੀ ਜਾਂ ਘੱਟ ਕੁਆਲਿਟੀ ਦੇ ਬੀਜ ਵੇਚਣ ਵਾਲੇ ਬੇਈਮਾਨ ਵਪਾਰੀਆਂ ਤੋਂ ਬਚਾਉਣ ਵਾਸਤੇ ਕਿਸਾਨ ਹਤੈਸ਼ੀ ਪਹਿਲ ਕਦਮੀ ਕੀਤੀ ਗਈ ਹੈ। ਸਰਕਾਰ ਨੇ ਬੀਜ ਦੇ ਪੈਕਟਾਂ ਤੇ ਬਾਰਕੋਡ ਅਤੇ QR ਕੋਡ ਸਮੇਤ ਐਡਵਾਂਸਡ ਸਰਟੀਫਿਕੇਸ਼ਨ ਟੈਕਨੋਲੋਜੀ ਲਗਾਉਣ ਦਾ ਫੈਸਲਾ ਕੀਤਾ। ਪੰਜਾਬ ਸਰਕਾਰ ਨੇ ਇਹ ਇਸ ਲਈ ਕਿਹਾ ਕਿ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਣੇ ਵੱਖ ਵੱਖ ਫਸਲਾਂ ਦੇ ਅਸਲ ਬੀਜ ਪ੍ਰਾਪਤ ਹੋਣ। ਆਲੂਆਂ ਦੀ ਫਸਲ ਦੇ ਬੀਜਾਂ ਲਈ ਇੱਕੋ ਸਫਲ ਪ੍ਰੋਜੈਕਟ ਨੂੰ ਉਤਸ਼ਾਹਿਤ ਹੋਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕ ਚੈਨ ਟੈਕਨੋਲੋਜੀ ਵੱਲੋਂ ਤਕਨੀਕੀ ਟਰੇਸਬਿਲਟੀ ਪ੍ਰਮਾਣੀਕਰਨ ਦੀ ਤੈਨਾਤੀ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿਸਾਨਾਂ ਨੂੰ ਜਾਲੀ ਤੇ ਘੱਟ ਕੁਆਲਿਟੀ ਬੀਜਾਂ ਨਾਲ ਧੋਖਾ ਨਾ ਦਿੱਤਾ ਜਾ ਸਕੇ। ਪ੍ਰਮਾਣਿਤ ਬੀਜ ਆਉਣ ਨਾਲ ਮੌਸਮ ਵਿੱਚ ਕਿਸਾਨਾਂ ਨੂੰ ਵੱਡੇ ਜਾਣਗੇ ਤੇ ਜਿਸ ਦੀ ਸਭਾ ਚਾਰਾ ਤੇਲ ਅਨਾਜ ਦੀਆਂ ਫਸਲਾਂ ਨੂੰ 1.50 ਲੱਖ ਕੁਇੰਟਲ ਬੀਜਾਂ ਨਾਲ ਕੀਤੀ ਜਾਵੇਗੀ, ਜਿਸ ਦੀ 10,000 ਏਕੜ ਰਕਬੇ ਵਿੱਚ ਪੰਜਾਬ ਰਾਜ ਬੀਜ ਕਾਰਪੋਰੇਸ਼ਨ ਪਨ ਸੀਡ ਵੱਲੋਂ ਕਾਸ਼ਤ ਕੀਤੀ ਜਾਏਗੀ। ਇਹੀ ਕਣਕ ਅਤੇ ਝੋਨੇ ਦੇ ਬੀਜਾਂ ਲਈ ਆਉਣ ਵਾਲੇ ਅਗਲੇ ਸੀਜ਼ਨ ਦੀ ਹਾੜੀ 2021 ਤੋਂ ਸ਼ੁਰੂਆਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨੀਕ ਬੀਜਾਂ ਦੇ ਮੁੱਢ ਨੂੰ ਟਰੈਕ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਅਸਲੀ ਅਤੇ ਪ੍ਰਮਾਣਿਤ ਬੀਜ ਮਿਲੇਗਾ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਵਾਲੇ ਬੇਮੌਸਮ ਅਤੇ ਘੱਟ ਕੁਆਲਿਟੀ ਦੇ ਬੀਜਾਂ ਦੇ ਖਤਰੇ ਨੂੰ ਖਤਮ ਕੀਤਾ ਜਾ ਸਕੇਗਾ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ। ਜੋਤਿਸ਼ ਆਰਕੇ ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਂਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ। 81-468-13-896 81-468-13-896